ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸ ਬਾਬਾ ਜੀ, ਔਰ ਮੈਂ ਅੱਜ ਲੈ ਕੇ ਤੁਹਾਨੂੰ ਪਹੁੰਚਿਆ ਵਾਂ ਨਾਲਾ ਕੰਡ ਦੇ ਕਿਨਾਰੇ 'ਤੇ ਹਾਂ ਇਸ ਵੇਲੇ। ਇਹ ਸ਼ੇਰ ਸ਼ਾਹ ਸੂਰੀ ਬ੍ਰਿਜ ਦੇ ਉੱਤੇ ਖਲੋਤਾ ਹੋਇਆ, ਰੋਹਤਾਸ ਫੋਰਟ ਨੂੰ ਜਾਂਦਿਆਂ ਹੋਇਆਂ। ਰਸਤੇ ਦੇ ਵਿੱਚ ਜਿਹੜਾ ਵੱਡਾ ਬ੍ਰਿਜ ਪੈਂਦਾ ਉਹਨੂੰ ਸ਼ੇਰ ਸ਼ਾਹ ਸੂਰੀ ਪੁਲ ਦਾ ਨਾਮ ਦਿੱਤਾ ਗਿਆ। ਨਾਲਾ ਕਾਂਡ ਜਾਂ ਰਿਵਰ ਕਾਂਡ ਜਿਹੜਾ ਇਹਨੂੰ ਹਿਸਟਰੀ ਵਿੱਚ ਬੋਲਿਆ ਜਾਂਦਾ। ਰਿਵਰ ਕਾਂਡ ਸਬਲਟ ਹੈ ਦਰਿਆਏ ਜੇਹਲਮ ਦੀ, ਔਰ ਦਰਿਆਏ ਜੇਹਲਮ ਵਿੱਚ ਜਿੰਨੇ ਵੀ ਇਨਵੇਡਰਸ ਜਿਨ੍ਹਾਂ ਨੇ ਦਰਿਆਏ ਜੇਹਲਮ ਨੂੰ ਪਾਰ ਕੀਤਾ ਉਹ ਸਾਰੇ ਕਾਂਡ ਨੂੰ ਵੀ ਪਾਰ ਕਰਦੇ ਰਹੇ। ਔਰ ਇੱਕ ਬਹੁਤ ਪਿਆਰੀ ਸਟੋਰੀ ਜਿਹੜੀ ਹੈ ਕਿ ਅਲੈਗਜ਼ੈਂਡਰ ਦੀ ਗ੍ਰੇਟ ਸਿਕੰਦਰ ਆਜ਼ਮ ਨਾਲ ਜੁੜੀ ਹੋਈ ਹੈ ਕਿ ਐਸੇ ਹੀ ਨਾਲਾ ਕਾਂਡ ਨੂੰ ਜਾਂ ਰਿਵਰ ਕਾਂਡ ਨੂੰ ਕ੍ਰੋਸ ਕਰਦੇ ਕਰ ਰਿਹਾ ਸੀ ਅਤੇ ਪਾਣੀ ਬਹੁਤ ਜ਼ਿਆਦਾ ਸੀ। ਸੇਮ ਵੈਦਰ ਹੈ, ਉਹੀ ਇਸ ਵੇਲੇ ਵੈਦਰ ਚੱਲ ਰਿਹਾ ਕਿ ਬਾਰਿਸ਼ਾਂ ਬਹੁਤ ਜ਼ਿਆਦਾ ਨੇ ਔਰ ਪਾਣੀ ਚੜਿਆ ਹੋਇਆ, ਅਤੇ ਉਹਨਾਂ ਨੂੰ ਇੱਥੇ 3 ਦਿਨ ਤੱਕ ਵੇਟ ਕਰਨਾ ਪਿਆ ਸੀ ਰਿਵਰ ਨੂੰ ਕ੍ਰੋਸ ਕਰਨ ਵਾਸਤੇ। ਇਹੀ ਉਹ ਜਗ੍ਹਾ ਹੈ, ਅਗਰ ਇਸ ਜਗ੍ਹਾ ਤੋਂ ਨਦੀ ਤੋਂ ਫਿਰਦੇ ਜਾਓ ਅਤੇ ਇਸ ਇਹ ਟੱਕੀ ਦੇ ਪਿੱਛੇ ਚਲੇ ਜਾਓ ਤੁਸੀਂ ਤਾਂ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਚਵਾ ਬਾਬਾ ਗੁਰੂ ਨਾਨਕ ਸਾਹਿਬ ਹੈ, ਜਿੱਥੇ ਕਿ ਚੌਥੀ ਉਦਾਸੀ ਕੱਟਣ ਤੋਂ ਬਾਅਦ ਬਾਬਾ ਜੀ ਟਿੱਲਾ ਜੋਗੀਆਂ ਤੋਂ ਸਿੱਧਨਾਥ ਗੋਸ਼ ਦੇ ਨਾਲ ਗੋਸ਼ੀ ਕਰਦੇ ਹੋਏ ਜਦੋਂ ਵਾਪਸ ਪਹੁੰਚੇ ਅਤੇ ਉੱਥੇ ਆ ਕੇ ਉਹਨਾਂ ਨੇ ਕੁਛ ਦਿਨ ਗੁਜ਼ਾਰੇ ਔਰ ਉੱਥੋਂ ਅਮਰਕੁੰਡ ਜਾਰੀ ਹੋਇਆ। ਅਤੇ ਉਸ ਅਮਰਕੁੰਡ ਦਾ ਪਾਣੀ ਲਾਹੌਰ ਦਰਬਾਰ ਵਿੱਚ ਲੈ ਕੇ ਜਾਇਆ ਜਾਂਦਾ ਸੀ, ਔਰ ਮਹਾਰਾਜਾ ਰਣਜੀਤ ਸਿੰਘ ਜਿੰਨੀ ਦੇਰ ਜ਼ਿੰਦਾ ਰਿਹਾ ਉਸੇ ਹੀ ਅਮਰਕੁੰਡ ਦਾ ਪਾਣੀ, ਯਾਨੀ ਕਿ ਇਸ ਕਾਂਡ ਦੇ ਕਿਨਾਰੇ ਦਾ ਪਾਣੀ ਜਿਹੜਾ ਸੀ ਉਹ ਯੂਜ਼ ਕਰਦਾ ਸੀ। ਇੱਕ ਤਾਂ ਇਹ ਹੈਲਥ ਵਾਈਜ਼ ਬਹੁਤ ਅੱਛਾ ਸੀ ਇਹ ਪਾਣੀ, ਔਰ ਇਸ ਪਾਣੀ ਨੂੰ ਦਿਖਾਉਣ ਦਾ ਸਿਰਫ ਮਕਸਦ ਇਹੀ ਹੈ ਕਿ ਇਹਦੀ ਇੱਕ ਹਿਸਟੋਰੀਕਲ ਵੈਲਿਊ ਹੈ। ਕਦੀ ਗੋਰਖਨਾਥ, ਸਿੱਧਨਾਥ, ਬਾਲਨਾਥ ਇਹਨਾਂ ਸਾਰਿਆਂ ਨੇ ਇੱਥੇ ਜਿਹੜੇ ਨੇ ਇਸ਼ਨਾਨ ਕੀਤੇ, ਔਰ ਕਦੀ ਮਹਾਰਾਜਾ ਰਣਜੀਤ ਸਿੰਘ ਜਦੋਂ ਆਪਣੀ ਬਿਮਾਰੀ ਤੋਂ ਬਾਅਦ ਆਇਆ ਤਾਂ ਨਾਲਾ ਘਾਟ ਮੱਥਾ ਟੇਕਣ ਵਾਸਤੇ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਵਿੱਚ ਆਇਆ, ਅਤੇ ਫਿਰ ਉਸ ਤੋਂ ਬਾਅਦ ਜਿਹੜੀ ਹੈ ਉਹਦੀ ਸੇਵਾ ਕਰਾਈ, ਔਰ ਉਹਨੂੰ ਪ੍ਰੋਪਰ ਜਿਹੜੀ ਅੱਜ ਕੱਲ੍ਹ ਸ਼ੇਪ ਹੈ ਜਿਹੜੀ ਕਿ ਮੈਂ ਤੁਹਾਨੂੰ ਪਹਿਲੇ ਦਿਖਾ ਚੁੱਕਿਆ ਹਾਂ ਉਹ ਸ਼ੇਪ ਜਿਹੜੀ ਹੈ ਫਿਰ ਉਹ ਬਣੀ। ਅਤੇ ਇਹ ਘੱਟੋ ਘੱਟ 2500 ਸਾਲ ਪਹਿਲੇ ਵਗਣ ਵਾਲਾ ਜਿਹੜਾ ਦਰਿਆ ਕਾਂਡ ਜਿਹੜੀ ਸਬਲਟ ਹੈ ਦਰਿਆਏ ਜੇਹਲਮ ਦੀ, ਹੁਣ ਇਹਨੂੰ ਨਾਲਾ ਕਾਂਡ ਕਿਹਾ ਜਾਂਦਾ। ਰੇਨੀ ਸੀਜ਼ਨ 'ਚ ਜ਼ਿਆਦਾ ਪਾਣੀ ਹੁੰਦਾ, ਵੈਸੇ ਇਹਦੇ ਅੰਦਰ ਡਰਿੰਕਿੰਗ ਵਾਟਰ ਵੀ ਆਉਂਦਾ ਪਿਛਲੀ ਸਾਈਡ ਤੋਂ। ਔਰ ਮੈਂ ਇਸ ਵਕਤ ਪੰਜਾਬ ਦੇ ਜਿਹੜਾ ਨੌਰਥ ਵੈਸਟ ਏਰੀਆ ਇਨ ਦਾ ਸਟਾਰਟ ਆਫ ਪੋਠੋਹਾਰ ਰੀਜਨ ਧੰਨੀ ਰੀਜਨ ਜਿਹੜਾ ਉਹਦੇ ਕੋਲ ਮੈਂ ਖਲੋਤਾ ਆਇਆ ਵਾਂ, ਔਰ ਇੱਥੋਂ ਇਹ ਤੁਸੀਂ ਦੇਖੋ ਅਤੇ ਇਹ ਚੋਟੀ ਤੁਹਾਨੂੰ ਨਜ਼ਰ ਆ ਰਹੀ ਹੈ ਨਾਥਪੰਥੀਆਂ ਦੀ, ਬਾਬਾ ਗੋਰਖਨਾਥ, ਬਾਲਨਾਥ, ਸਿੱਧਨਾਥ, ਔਰ ਜਿਹੜੀ ਗੱਦੀ ਹੈ ਬਾਬਾ ਗੁਰੂ ਨਾਨਕ ਸਾਹਿਬ ਵਾਲੀ ਉਹ ਵੀ ਇੱਥੇ ਹੀ ਹੈ। ਟਿੱਲਾ ਬਾਲ ਗੁੰਦਾਈ ਵੀ ਹੈ ਐਸੇ ਜਗ੍ਹਾ ਦੇ ਉੱਤੇ। ਸਾਡੀ ਡੈਸਟੀਨੇਸ਼ਨ ਜਿਹੜੀ ਹੈ ਉਹ ਅੱਜ ਦੀ ਟਿੱਲਾ ਜੋਗੀਆਂ ਔਰ ਟਿੱਲਾ ਬਾਲ ਗੁੰਦਾਈ ਹੈ, ਔਰ ਅਸੀਂ ਇਸ ਵਕਤ ਜਿਹੜਾ ਇਹ ਸਾਡਾ ਛੋਟਾ ਜਿਹਾ ਜਿਹੜਾ ਟ੍ਰਿਪ ਹੈ ਉਹ ਜਾ ਰਿਹਾ। ਮੇਰੇ ਇੰਟਰਨੈਸ਼ਨਲ ਫਰੈਂਡਸ ਆਏ ਹੋਏ ਨੇ, ਉਹਨਾਂ ਨੂੰ ਮੈਂ ਲੈ ਕੇ ਅਤੇ ਇਹ ਸਾਰੀਆਂ ਚੀਜ਼ਾਂ ਦਿਖਾਉਣ ਵਾਸਤੇ ਜਾ ਰਿਹਾ ਵਾਂ। ਵੀਰ ਨਵਤੇਜ ਸਿੰਘ ਆਨੰਦ ਔਰ ਵੀਰ ਗੁਰਪ੍ਰੀਤ ਸਿੰਘ ਆਨੰਦ ਔਰ ਮਿਰਜ਼ਾ ਬੇਗ ਸਾਹਿਬ ਸਾਡੇ ਡਰਾਈਵਰ ਮੁਹੰਮਦ ਬੂਟਾ ਵੀ ਨੇ ਨਾਲ, ਜਿਹੜੇ ਕਿ ਐਕਸਪਰਟ ਆਫ ਟਿੱਲਾ ਜੋਗੀਆਂ ਔਰ ਟਿੱਲਾ ਬਾਲ ਗੰਦਾਈ ਨੇ। ਵੀਰ ਜੀ, ਇਹ ਉਹੀ ਨਦੀ ਹੈ ਜਿਹੜੀ ਕਿ ਜਿਹਨੂੰ ਕਿ ਰਿਵਰ ਕਾਨ ਲਿਖਿਆ ਗਿਆ ਗੈਜ਼ਟੀਅਰ ਦੇ ਅੰਦਰ, ਔਰ ਖਾਲਸਾ ਲਈ ਇਹ ਜਗ੍ਹਾ ਬਹੁਤ ਮੁਤਬਰਕ ਹੈ ਰਿਵਰ, ਕਿਉਂਕਿ ਇਸ ਦੇ ਕਿਨਾਰੇ ਦੇ ਉੱਤੇ ਹੀ ਬਾਬਾ ਗੁਰੂ ਨਾਨਕ ਸਾਹਿਬ ਨੇ ਚੌਥੀ ਉਦਾਸੀ ਕੱਟਣ ਤੋਂ ਬਾਅਦ ਆ ਕੇ ਬੈਠੇ ਸੀ, ਔਰ ਅਮਰਕੁੰਡ ਜਾਰੀ ਹੋਇਆ, ਔਰ ਮਹਾਰਾਜਾ ਰਣਜੀਤ ਸਿੰਘ ਜਿੰਨੀ ਦੇਰ ਪਾਵਰ 'ਚ ਰਿਹਾ ਔਰ 48 ਈਅਰਸ ਤੱਕ ਐਸੇ ਕੁੰਡ ਦਾ ਪਾਣੀ ਜਿਹੜਾ ਇਹ ਨਾਲਾ ਘਾਣ ਦੇ ਕਿਨਾਰੇ ਦਾ ਪਾਣੀ ਹੀ ਲੋਰ ਦਰਬਾਰ ਵਿੱਚ ਮਹਾਰਾਜਾ ਵਾਸਤੇ ਜਾਂਦਾ ਰਿਹਾ। ਔਰ ਇੱਥੇ ਹੀ ਸਿੱਧਨਾਥ, ਇੱਥੇ ਹੀ ਗੋਰਖਨਾਥ ਔਰ ਬਾਲਨਾਥ ਜਿਹੜੇ ਨੇ ਉਹਨਾਂ ਨੇ ਇਸ਼ਨਾਨ ਵੀ ਕੀਤੇ ਨੇ ਇਸ ਨਦੀ ਦੇ ਅੰਦਰ ਜਿਹੜੇ ਨੇ। ਇਸ ਵਾਸਤੇ ਪੋਰਸ ਨਾਲ ਵੀ ਜੁੜੀ ਹੋਈ ਹੈ ਕਿ ਪੋਰਸ ਨੇ ਜਦੋਂ ਜੰਗ ਵਾਸਤੇ ਪਾਰ ਖਲੋਤਾ ਸੀ ਜੇਹਲਮ ਤੋਂ, ਅਤੇ ਸਿਕੰਦਰ ਨੂੰ ਐਸੇ ਨਦੀ ਨੇ ਪਹਿਲੇ ਰੋਕਿਆ, ਫਿਰ ਜੇਹਲਮ ਨੇ ਰੋਕਿਆ, ਔਰ ਉਸ ਤੋਂ ਬਾਅਦ ਫਿਰ ਉਹਨੇ ਕ੍ਰੋਸ ਕੀਤਾ। ਅਤੇ ਉਮੀਦ ਕਰਾਂਗਾ ਕਿ ਸਾਡਾ ਅਗਲਾ ਸਫ਼ਰ ਜਿਹੜਾ ਅੱਛਾ ਗੁਜ਼ਰੇਗਾ, ਔਰ ਅਸੀਂ ਟਿੱਲਾ ਬਾਲ ਗੁੰਦਾਈ ਔਰ ਟਿੱਲਾ ਜੋਗੀਆਂ ਜਿਹੜਾ ਸੋਹਣੇ ਤਰੀਕੇ ਨਾਲ ਕਰਕੇ ਅਤੇ ਵਾਪਸ ਆਵਾਂਗੇ। ਉਮੀਦ ਕਰਦਾ ਹਾਂ, ਆਲ ਦੀ ਬੈਸਟ ਜੀ। ਗੁਰਪ੍ਰੀਤ ਆਨੰਦ ਸਾਹਿਬ ਜੀ, ਵੀਰ ਨਵਤੇਜ ਸਿੰਘ ਆਨੰਦ, ਤਾਂ ਇਹ ਇਤਿਹਾਸਿਕ ਇੱਕ ਤਾਰੀਖੀ ਨਦੀ ਜਿਹਨੂੰ ਕਿ ਰਿਵਰ ਘਾਨ ਲਿਖਿਆ ਗਿਆ, ਔਰ ਹੁਣ ਅੱਜ ਕੱਲ੍ਹ ਜਿਹੜਾ ਨਾਲਾ ਘਾਨ ਹੈ ਇਹ ਐਟਲੀਸਟ ਜਾ ਕੇ ਥੋੜ੍ਹੀ ਦੇਰ ਬਾਅਦ ਦਰਿਆਏ ਜੇਹਲਮ ਦੇ ਵਿੱਚ ਗਿਰ ਜਾਏਗਾ। ਤਾਂ ਦੇਖਦੇ ਰਹੋ ਫਿਰ, ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ।
ਔਰ ਪੰਜਾਬੀ ਕਲਚਰ ਐਂਡ ਹੈਰੀਟੇਜ ਨਿਊ ਮੇਰੇ ਜਿਹੜੀ ਅਗਲਾ ਸਫ਼ਰ ਜਿਹੜਾ ਮੇਰਾ ਹੋਏਗਾ ਪੰਜਾਬ ਹੈਰੀਟੇਜ ਦਾਸਤਾਨ ਇਹਦੇ 'ਚ ਮਜ਼ੀਦ ਮੈਂ ਇਹਦੀ ਡਿਟੇਲ ਸਾਰੀ ਤੁਹਾਡੇ ਸਾਹਮਣੇ ਲੈ ਕੇ ਆਵਾਂਗਾ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ।